ਗਿਆਨੀ ਹਰਪੀਰ ਸਿੰਘ ਜੀ ਤੁਹਾਡੇ ਵੈਲ ਸੁਣੇ ਖਤਮ ਹੋਇਆ ਤੇ ਬਾਦਲ ਦਾ ਪਰਿਵਾਰ ਖਤਮ ਹੋਇਆ ਜਿਹਦੀਆਂ ਤੁਸੀਂ ਜੁੱਤੀਆਂ ਚੁੱਕਦੇ ਫਿਰਦੇ ਤੁਸੀਂ ਗਲਾਮਾਂ ਵਾਲਾ ਜਿਹੜਾ ਵਿਵਹਾਰ ਸ਼ੁਰੂ ਕੀਤਾ ਇਹਨੂੰ ਬੰਦ ਕਰੋ ਵਕਵਾਖਾ ਕਾਲੀ ਧੜਿਆਂ ਦੇ ਆਗੂਆਂ ਨੂੰ ਕਿਹਾ ਕਿ ਆਪਣੀ ਈਗੋ ਤਿਆਗੋ ਇਹ ਨਿਰਮਾਨਤਾ ਤੁਹਾਡੇ ਜੀ ਆਕਲਿਆਂ ਚ ਦਸਮ ਪਾਤਛਾ ਦਾ ਜਿਹੜਾ ਸਰੀਰ ਸੀ ਮੇਰੀ ਆਤਮਾ ਗ੍ਰੰਥ ਵਿੱਚ ਪ੍ਰਾਣ ਪੰਥ ਵਿੱਚ ਤੁਸੀਂ ਉਹਦਾ ਨਰਾਦਰ ਕੀਤਾ ਉਸ ਸਰੀਰ ਦਾ ਜਿੱਦਣ ਬਰਗਾੜੀ ਵਿੱਚ ਖੂਨ ਖਰਾਬਾ ਕੀਤਾ ਤੇਰੇ ਆਕਾ ਨੇ ਉਦੋਂ ਕਾਲੀਦਾ ਜੀਵਤ ਸੀ ਜਿੱਦਾਂ ਸਿੱਖ ਬੱਚਿਆਂ ਨੂੰ ਗੋਲੀਆਂ ਨਾਲ ਵਿੰਨਣ ਵਾਲਿਆਂ ਨੂੰ ਤੁਸੀਂ ਸਰੋਪੇ ਦਿੱਤੇ ਕਮੇਟੀ ਰਾਹੀਂ ਉਦੋਂ ਕਾਲੀਦਾ ਜੀਉਂਦਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨੀ ਹਰਪ੍ਰੀਤ ਸਿੰਘ ਜੀ ਤੁਹਾਡੇ ਵੈਲ ਸੁਣੇ ਤੁਹਾਡੇ ਕੀਰਨੇ ਜਿਹੜੇ ਤੁਸੀਂ ਪਾਏ ਅੱਜ ਉਹ ਸੁਣੇ ਨੇ ਚੰਗੀ ਤਰ੍ਹਾਂ ਜਿੰਨਾਂ ਜ ਤੁਸੀਂ ਕੀਰਨੇ ਪਾਉਂਦੇ ਆ ਕਿਹਾ ਕਿ ਸ਼ਰੋਮਨੀ ਅਕਾਲੀ ਦਲ ਦਾ ਖਤਮ ਹੋਣਾ ਸਿੱਖ ਕੌਮ ਲਈ ਘਾਤਕ ਹੈ ਮੈਨੂੰ ਅਫਸੋਸ ਹੈ ਤੁਹਾਡੀ ਜ਼ੁਬਾਨ ਚੋਂ ਇਹ ਸ਼ਬਦ ਨਿਕਲ ਰਹੇ ਨੇ ਅਕਾਲੀ ਦਲ ਨਾ ਕਦੀ ਖਤਮ ਹੋਇਆ ਗਿਆ ਨਹੀਂ ਜੀ ਨਾ ਹੋ ਸਕਦਾ ਖਤਮ ਹੋਇਆ ਤੇ ਬਾਦਲ ਦਾ ਪਰਿਵਾਰ ਖਤਮ ਹੋਇਆ ਜਿਹਦੀਆਂ ਤੁਸੀਂ ਜੁੱਤੀਆਂ ਚੁੱਕਦੇ ਫਿਰਦੇ ਹੋ ਜਿਹਦੀਆਂ ਤੁਸੀਂ ਬੁੱਤੀਆਂ ਸਾਰਦੇ ਫਿਰਦੇ ਹੋ ਇਹ ਤੁਹਾਡੀਆਂ ਜ਼ਿੰਮੇਵਾਰੀਆਂ ਨਹੀਂ ਜਿਹੜੀਆਂ ਤੁਸੀਂ ਨਿਭਾ ਰਹੇ ਹੋ ਤੁਸੀਂ ਤੁਸੀਂ ਇੱਕ ਗੁਲਾਮ ਦੀ ਜ਼ਿੰਦਗੀ ਜੀਉ ਰਹੇ ਹੋ ਤੁਸੀਂ ਗੁਲਾਮਾਂ ਵਾਲਾ ਜਿਹੜਾ ਵਿਵਹਾਰ ਸ਼ੁਰੂ ਕੀਤਾ ਇਹਨੂੰ ਬੰਦ ਕਰੋ ਗਿਆਨੀ ਹਰਪੀਰ ਸਿੰਘ ਜੀ ਤੁਸੀਂ ਦਿੱਲੀ ਨੂੰ ਅਪੀਲ ਕਰ ਰਹੇ ਹੋ ਕਿ ਕਾਲੀਦਾਨ ਬਚਾਵੇ ਇਹਦੇ ਮਾਨੇ ਕੀ ਨੇ ਸੇਕੌਮ ਨੂੰ ਸਮਝਾਓ ਇੱਕ ਦਫਾ ਹੋਰ ਕਲੀਅਰ ਕਰੋ ਦਿੱਲੀ ਤੁਸੀਂ ਕਿਸ ਨੂੰ ਕਹਿ ਰਹੇ ਹੋ ਕਾਲੀਦਾਨ ਬਚਾਉਣ ਲਈ ਕਿਸ ਨੂੰ ਅਪੀਲ ਕਰ ਰਹੇ ਹੋ ਤੇ ਕਿਹਦੇ ਕਹਿਣ ਤੇ ਕਰ ਰਹੇ ਹੋ ਤੇ ਉਹ ਕਿਵੇਂ ਬਚਾਊਗਾ ਇਹ ਸਪਸ਼ਟ ਕਰੋ ਗਿਆਨੀ ਹਰਪੀਰ ਸਿੰਘ ਜੀ ਤੁਸੀਂ ਵਾਖ ਵਖ ਅਕਾਲੀ ਧੜਿਆਂ ਦੇ ਆਗੂਆਂ ਨੂੰ ਕਿਹਾ ਕਿ ਆਪਣੀ ਈਗੋ ਤਿਆਗੋ ਇਹ ਨਿਰਮਾਨਤਾ ਤੁਹਾਡੇ ਚ ਹੀ ਆ ਕੱਲਿਆ ਚ ਜਾਂ ਪ੍ਰਕਾਸ਼ ਸਿੰਘ ਬਾਦਲ ਤੇ ਉਹਦੇ ਕੁਟੰਬ ਚ ਹੀ ਆ ਬਾਦਲ ਲਾਣੇ ਚ ਹੀ ਆ ਇਹ ਇਹ ਨਿਰਮਾਨਤਾ ਬਾਕੀ ਜਿੰਨੇ ਵੀ ਧੜਿਆਂ ਦੇ ਆਗੂ ਨੇ ਈਗੋ ਚ ਨੇ ਉਹ ਹਉਮੈ ਚ ਨੇ ਹੰਕਾਰ ਚ ਨੇ ਤੇ ਤੁਸੀਂ ਬਹੁਤ ਨਿਰਮਾਨਤਾ ਚੋਂ ਤੇ ਇਹਦਾ ਸਰਟੀਫਿਕੇਟ ਤੁਹਾਨੂੰ ਕਿਨੇ ਦਿੱਤਾ ਕਿਆਨੀ ਹਰਪੀਰ ਸਿੰਘ ਜੀ ਤੁਸੀਂ ਇੱਕ ਹੋਰ ਗੁਸਤਾਖੀ ਕੀਤੀ ਐ ਸਿੱਖ ਕੌਮ ਨੂੰ ਬਤਮੀਜ਼ ਕਿਹਾ ਆਪਣੇ ਵੈਣ ਪਾਉਂਦਿਆਂ ਕਿਹਾ ਕਿ ਸਿੱਖ ਬਤਮੀਜ਼ ਹੋ ਗਏ ਨੇ ਤਮੀਜ਼ ਦੇ ਵਿੱਚ ਤੁਸੀਂ ਉਹ ਜਾਂ ਪ੍ਰਕਾਸ਼ ਸਿੰਘ ਬਾਦਲ ਜਾਂ ਉਹਦਾ ਲਾਣਾ ਤੁਸੀਂ ਤੁਸੀਂ ਬਾਬਾ ਬੁੱਢਾ ਜੀ ਦੀ ਹੈੱਡ ਗੰਥੀ ਦੀ ਪੋਸਟ ਤੇ ਕਲੰਕ ਲੱਗੇ ਹੋਇਓ ਤੁਸੀਂ ਦਸਮ ਪਾਛਾ ਦਾ ਜਿਹੜਾ ਸਰੀਰ ਸੀ ਮੇਰੀ ਆਤਮਾ ਗ੍ਰੰਥ ਵਿੱਚ ਪ੍ਰਾਣ ਪੰਥ ਵਿੱਚ ਤੁਸੀਂ ਉਹਦਾ ਨਰਾਦਰ ਕੀਤਾ ਉਹ ਸਰੀਰ ਦਾ ਤੁਸੀਂ ਨੌਕਰ ਬਣ ਕੇ ਤੇ ਬੁੱਤੀਆਂ ਸਾਰਦੇ ਪਏ ਆਪਣਾ ਤਾਲ ਪੂਰੇ ਕਰਦੇ ਪਏ ਤੁਸੀਂ ਫਰਜ਼ ਨਹੀਂ ਨਿਭਾਉਦੇ ਪਏ ਕਦੀ ਦਸਮ ਪਾਛਾ ਨੇ ਅਕਾਲਪੁਰ ਸੱਚੇ ਵੇਗਰੂ ਦੇ ਹੁਕਮ ਨਾਲ ਜਦੋਂ ਪੰਜ ਪਿਆਰੇ ਸਾਜੇ ਸੀ ਤੋ ਉਦੋਂ ਉਦੋਂ ਇੱਕ ਸਬਕਾਲੀ ਕਵੀ ਕੰਕਣ ਕੰਕਣ ਨੇ ਕਿਹਾ ਸੀ ਵਹਿ ਗੁਰੂ ਇੱਕ ਸੁਖਣ ਸੁਣਾਇਆ ਗੁਰੂ ਖਾਲਸਾ ਨਾਮ ਤਰਾਇਆ ਤੁਮ ਮੇਰੇ ਮੈਂ ਤੁਮਰਾ ਹੁਆ ਤੁਮਰਾ ਹਮਰਾ ਗੁਰੂ ਨਾ ਦੁਆ ਪਰ ਤੁਸੀਂ ਤਾਂ ਅਜ ਬਾਦਲ ਨੂੰ ਗੁਰੂ ਬਣੀ ਬੈਠੇ ਹੋ ਇਹ ਪੰਜ ਸਿੱਖ ਜਿਨ੍ਹਾਂ ਨੂੰ ਗੁਰੂ ਨੇ ਇਹਨਾਂ ਵੱਡਾ ਵਿਸ਼ਵਾਸ ਕੀਤਾ ਕਿ ਗੁਰੂ ਸਾਹਿਬ ਕਹਿੰਦੇ ਤਾਮਨ ਕਰ ਕੋਈ ਭੀਤ ਨਚਾਵੇ ਤੋ ਵੀ ਮਮ ਸਿੱਖਣ ਨਹੀਂ ਪਾਵੇ ਕੋਈ ਇਹਦਾ ਵੱਡਾ ਜਾਦੂਗਰ ਆ ਜਾਊਗਾ ਕਿ ਦਵਾਰ ਨੂੰ ਨਚਾ ਦਊਗਾ ਟੂਣਾ ਕਰਕੇ ਤੇ ਮੇਰੇ ਸਿੱਖੋਂ ਨੂੰ ਨਹੀਂ ਮੰਨਣਗੇ ਤੁਸੀਂ ਤਾਂ ਰਾਮ ਰਹੀਮ ਨੂੰ ਮੰਨਣ ਲੱਗ ਪਏ ਗੁਰੂਵਲ ਪਿੱਠ ਕਰਕੇ ਬੈਠ ਗਏ ਤਖਤ ਅਕਾਲਪੁਰਖ ਦਾ ਤੁਸੀਂ ਝੂਠੀ ਪਾਤਸ਼ਾਹੀ ਦੇ ਪੈਰਾਂ 'ਚ ਬਹਿ ਕੇ ਸਾਇਨ ਕਰਨ ਲੱਗ ਪਏ ਤੁਸੀਂ ਹੁਣ ਸੰਗਤ ਨੂੰ ਉਪਦੇਸ਼ ਦੇ ਰਹੇ ਹੋ ਇਹ ਇਹ ਅੱਜ ਅਕਾਲੀ ਦਲ ਅਗਰ ਖਤਮ ਹੋ ਗਿਆ ਤੇ ਜਿਉਂਦਾ ਉਸ ਵੇਲੇ ਜਿੱਦਾਂ ਬਰਗਾੜੀ ਹੋਈ ਸੀ ਜਿੱਦਾਂ ਬਰਗਾੜੀ ਵਿੱਚ ਖੂਨ ਖਰਾਬਾ ਕੀਤਾ ਤੇਰੇ ਆਕਾ ਨੇ ਉਦੋਂ ਕਾਲੀਦਾਸ ਜੀਵਤ ਸੀ ਜਿੱਦਾਂ ਦਸਮ ਪਾਤਸ਼ਾਹ ਦੀ ਪਵਿੱਤਰ ਆਤਮਾ ਗੁਰੂ ਗ੍ਰੰਥ ਸਾਹਿਬ ਪੈਰਾਂ ਥੱਲੇ ਲਟਾੜਨ ਵਾਲਿਆਂ ਨੂੰ ਸ਼ਰਨ ਦਿੱਤੀ ਤੇਰੇ ਬਾਦਲ ਨੇ ਜਿੱਦਾਂ ਜਿੱਦਾਂ ਸਿੱਖ ਬੱਚਿਆਂ ਨੂੰ ਗੋਲੀਆਂ ਨਾਲ ਵਿੰਨਣ ਵਾਲਿਆਂ ਨੂੰ ਤੁਸੀਂ ਸਰੋਪੇ ਦਿੱਤੇ ਕਬੀਤੀ ਰਾਹੀਂ ਉਸ ਦਿਨ ਉਸ ਭੱਦਰਪੁਰਖ ਨੇ ਉਹਨਾਂ ਨੂੰ ਬਚਾਇਆ ਉਹਨਾਂ ਤੇ ਕੇਸ ਦਰਜ ਨਹੀਂ ਹੋਣ ਦਿੱਤਾ ਉਦਨ ਕਾਲੀਦਲ ਜਿਉਂਦਾ ਸੀ